ਜਲੰਧਰ ਜ਼ਿਲ੍ਹੇ ਦੇ ਸ਼ਾਕੋਟ ਨੇੜਲੇ ਪਿੰਡ ਕਾਸੂਪੁਰ ਵਿਖੇ ਸਲਾਨਾ ਖੇਡ ਟੂਰਨਾਮੈਂਟ ਕੱਲ੍ਹ ਸ਼ਾਮ ਖਤਮ ਹੋਇਆ। ਆਖਰੀ ਦਿਨ ਪੰਜਾਬ ਦੇ ਨਾਮਵਾਰ ਕਬੱਡੀ ਅਤੇ ਵਾਲੀਬਾਲ ਟੀਮਾਂ ਨੇ ਹਿੱਸਾ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਓਪਨ ਕਬੱਡੀ ਦੇ ਫਾਈਨਲ ਵਿੱਚ ਸਿਚੇਵਾਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਟਰੋਫੀ ਦੇ ਕਬਜ਼ਾ ਕੀਤਾ। ਕਬੱਡੀ ਦੇ 70 ਕਿਲੋ ਪਾਰ ਵਰਗ ਦੇ ਵਿੱਚ ਵੀ ਸਿਚੇਵਾਲ ਦੀ ਟੀਮ ਪਹਿਲੇ ਸਥਾਨ ਤੇ ਰਹੀ। ਵਾਲੀਬਾਲ ਵਿੱਚ ਸਪੋਰਟਸ ਕਲੱਬ ਦੇਸਲ ਨੇ ਪਹਿਲਾ ਜਦ ਕਿ ਖੁਸਰੂਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ ਅਤੇ ਹੋਰਾਂ ਨੇ ਜੇਤੂਆਂ ਨੂੰ ਇਨਾ देते